ਅਸਲਾਮ ਵਾਲੇਕਮ ਵੀਵਰਸ, ਕੀ ਹਾਲ ਚਾਲ ਆ? ਠੀਕ ਠਾਕ, ਉਮੀਦ ਆ ਕਿ ਤੁਸੀਂ ਠੀਕ ਠਾਕ ਹੋਵੋਗੇ, ਖੈਰ ਖਰੀਅਤ ਨਾਲ ਹੋਵੋਗੇ। ਤੁਸੀਂ ਦੇਖ ਰਹੇ ਪਏ ਆ ਪੰਜਾਬੀ ਮੁੰਡਾ ਵਿਲਾਗਰ ਅਤੇ ਮੈਂ ਮੁਹੰਮਦ ਮੋਹਸਿਨ ਅਲੀ। ਅੱਜ ਚੱਕ ਪਹੁੰਚੇ ਹਾਂ ਤਕਰੀਬਨ, ਕੱਲ੍ਹ ਮੈਂ ਆਇਆ ਸੀ ਚੱਕ, ਵੀਡੀਓ ਨਹੀਂ ਬਣਾਈ। ਅੱਜ ਚੱਕ ਆਏ ਹਾਂ, ਚੱਕ ਇਸ ਜਿਹੜਾ ਵਾ ਨਾ, ਇੱਕ ਤਾਂ ਸਪਰੇਅ ਕਰਾਉਣੀ ਆ, ਦੂਸਰੀ ਆਪਣੀ ਮੂੰਜੀ ਛੰਡ ਹੋ ਰਹੀ ਉੱਧਰ, ਉਹ ਵੀ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ। ਹਾਰਡਵੈਸਟਰ ਦਾ ਪਤਾ ਪੁਤਾ ਕਰਦੇ ਰਹੇ, ਕੋਈ ਲੱਭ ਨਹੀਂ ਰਹੀ। ਮੈਂ ਆਇਆ ਸੀ ਪਿੱਛੇ ਜਿੱਥੇ ਆਪਣੇ ਟਿਊਬਵੈੱਲ ਵਾਲਾ ਏਕੜ ਆ ਨਾ, ਉਸ ਜਗ੍ਹਾ 'ਤੇ ਆਇਆ ਸੀ। ਉੱਥੇ ਇੱਕ ਵਿਘਾ ਵਿਗਲਾ ਪਿਆ ਸੀਗਾ, ਉੱਥੇ ਅਸੀਂ ਉਹਨੂੰ ਲੇਜ਼ਰ ਲੂਜ਼ਰ ਕਰਾ ਕੇ, ਪਿਛਲੀ ਵੀਡੀਓ 'ਚ ਤੁਸੀਂ ਦੇਖਦੇ ਵੀ ਰਹੇ ਹਾਂ, ਕਿ ਹਾੜ ਹੂੜ ਮਾਰ ਕੇ ਕਰਾ ਨਾ, ਮਿੱਟੀ ਸੁੱਟ ਸੁੱਟ ਕੇ ਨਾ ਉਹਨੂੰ ਲੇਜ਼ਰ ਕੀਤਾ ਵਾ। ਲੇਜ਼ਰ ਇਸ ਵਾਸਤੇ ਕੀਤਾ ਗਿਆ, ਖਾੜਾ ਨਵਾਂ ਬਣਿਆ ਸੀਗਾ, ਇੱਥੇ ਐਕਸੀਵੇਟਰ ਨੇ ਮਿੱਟੀ ਲਾਈ ਸੀ ਅਤੇ ਇੱਥੇ ਵੀ ਨਾਲ ਖਾੜਾ ਬਣ ਗਿਆ ਸੀ। ਉੱਥੇ ਬੀਜ ਦਿੱਤੀ ਕੱਲ੍ਹ ਖੇੜਾਂ ਦੇ ਉੱਤੇ ਮੱਕੀ, ਤੁਹਾਨੂੰ ਮੱਕੀ ਚੈੱਕ ਕਰਾਉਣਾ। ਆਹ ਦੇਖੋ ਖੇੜਾ, ਤੋੜੋ ਤੋੜ ਕੱਢ ਕੇ ਨਾ, ਅਤੇ ਆਹ ਆਪਣੀ ਟਿਊਬਵੈੱਲ ਵਾਲੀ ਕਪਾਹ ਵਾ ਦੇਖੋ, ਹਜੇ ਤਾਂ ਫਿਲਹਾਲ ਮਾਸ਼ਾਅੱਲਾ। ਹੁਣ ਜਾ ਕੇ ਕੋਈ ਫਰੂਟ ਸ਼ਰੂਟ ਫਰੂਟਿੰਗ ਸ਼ਰੂਟਰਿੰਗ ਲਏਗੀ, ਪਹਿਲੇ ਤਾਂ ਇੱਦਾਂ ਹੀ ਅੱਲਾ ਦੇ ਆਸਰੇ 'ਤੇ ਖੜੀ ਰਹੀ ਆ ਗਰਮੀ ਦੀ ਵਜ੍ਹਾ ਤੋਂ। ਅਤੇ ਹੁਣ ਮੈਂ ਜਾ ਕੇ ਤੁਹਾਨੂੰ ਥੋੜ੍ਹੀ ਦੇਰ ਤੱਕ ਦਿਖਾਉਣਾ ਵਾ, ਵੀਡੀਓ 6 ਮਿੰਟ ਦੀ ਬਣਾਉਣੀ ਆ, ਇਸ ਤੋਂ ਜ਼ਿਆਦਾ ਲੰਬੀ ਨਹੀਂ ਬਣਾਉਣੀ। ਹੁਣ ਜਾ ਕੇ ਨਾ ਤੁਹਾਨੂੰ ਉੱਧਰ ਮੂੰਜੀ ਛੰਡ ਹੁੰਦੀ ਪਈ ਆ, ਉਹ ਦਿਖਾਉਂਦੇ ਹਾਂ, ਬਸ ਥੋੜ੍ਹੀ ਦੇਰ ਤੱਕ ਚਲੇ ਜਾਣਾ ਉੱਧਰ। ਇੱਥੇ ਢੋਲੇ ਨਾਲ ਕੰਮ ਸੀਗਾ ਅਤੇ ਇੱਥੇ ਉਹਦੇ ਕੋਲ ਆਇਆ ਹਾਂ। ਲਓ ਜੀ ਦੋਸਤੋ, ਜਾ ਰਹੇ ਹਾਂ ਭਾਈ, ਮੈਂ ਜਿੱਥੇ ਮੂੰਜੀ ਛੰਡ ਹੁੰਦੀ ਪਈ ਉੱਥੇ ਭਾਈ ਯੂਬ ਚਲ ਗਿਆ ਵਾ, ਜਾ ਰਿਹਾ ਪੱਠੇ ਲੈਣ। ਗਰਮੀ ਵੀ ਕੱਲ੍ਹ ਦੀ ਅਖੀਰ ਗਰਮੀ ਆ, ਕਿ ਹਵਾ ਚੱਲਣ ਦਾ ਨਾਂ ਹੀ ਨਹੀਂ ਲੈ ਰਹੀ। ਪਤਾ ਨਹੀਂ ਅੱਲਾਹ ਤਾਲਾ ਨੂੰ ਕੀ ਮਨਜ਼ੂਰ ਆ, 2 ਦਿਨ ਹੋਏ ਆ ਅਖੀਰ ਦੀ ਗਰਮੀ ਆ। ਅੱਜ ਦਿਨ ਹੈਗਾ ਵਾ ਭਾਈ ਯੂਬ, ਅੱਜ ਦਿਨ ਕੀ ਆ, ਬੁੱਧ? ਅੱਜ ਦਿਨ ਹੈਗਾ ਜੁਮੇਰਾਤ ਦਾ, ਅਤੇ ਗਰਮੀ ਵੀ ਅਖੀਰ ਦੀ ਆ। ਆ ਗਏ ਮੂੰਜੀ ਵਾਲੀ ਜਗ੍ਹਾ 'ਤੇ, ਆ ਦੇਖੋ ਮੂੰਜੀ ਥੱਲੇ ਪਾਣੀ ਨਾਲ ਭਰੀ ਪਈ ਆ, ਇੰਨੀ ਕੁ ਜਗ੍ਹਾ ਵੱਡੀ ਆ, ਤਕਰੀਬਨ 2-3 ਪੰਨਾ। ਲਓ ਜੀ ਵੀਵਰਸ, ਆਹ ਜਿਹੜੀ ਮੂੰਜੀ ਛੰਡੀ ਆ ਨਾ, ਇੱਥੇ ਹੀ ਫੋਲ ਦਿੱਤੀ ਆ, ਇੰਨੀ ਕੁ ਮੂੰਜੀ ਛੰਡੀ ਆ, ਕਿਉਂਕਿ ਇਹਦੇ ਵਿੱਚ ਤਾਂ ਕਰ ਨਹੀਂ ਸਕਦੇ ਸੀ, ਆ ਬਾਰਿਸ਼ਾਂ ਦਾ ਪਾਣੀ ਨਹੀਂ ਸੁੱਕਣ 'ਤੇ ਆਉਣ ਡਿਆ ਹੈਗਾ। ਇਨਸ਼ਾਅੱਲਾ ਹਫ਼ਤੇ ਤੱਕ ਜਿਹੜਾ ਕੰਮ ਹੋ ਜਾਏਗਾ, ਐਵੇਂ ਹੀ ਨਹੀਂ? ਅੱਲਾ ਰੱਖੇ ਖੈਰ। ਮੈਂ ਤਾਂ ਕਹਿੰਦਾ ਯਾਰ, ਇਹਦਾ ਪਾਣੀ ਕਿਸੇ ਪਾਸੇ 2 ਘੰਟੇ ਪੱਖਾ ਜਿਹਾ ਤਾਂ ਕੱਢ ਲਈਏ। ਅੱਛਾ ਅੱਛਾ, ਕੱਲ੍ਹ ਵੀ ਉਹ ਖਾਲਾ ਭਰਿਆ ਸੀ ਨਾ ਪਾਣੀ ਨਾਲ, ਪਤਾ ਨਹੀਂ ਫਿਰ ਸਿਮ ਸਿਮ ਕੇ ਪੈਂਦਾ ਰਹਿੰਦਾ। ਆਹ ਕਜ਼ਨ ਮੇਰੇ ਦੀ ਮੂੰਜੀ ਆ ਜਿਹੜੀ ਕਾਇਨਾਤ ਉਹਨੇ ਲਾਈ ਆ 11-21 ਨਾ, ਉਹਦੀ ਹੈਗੀ ਆ। ਟਾਈਮ ਤਕਰੀਬਨ ਹੁਣ ਹਜੇ 9 ਵਜੇ ਹੋਣੇ ਆ, ਅਤੇ ਗਰਮੀ ਵੇਖ ਲਓ ਕਿੰਨੀ ਆ, ਕੋਈ ਹਵਾ ਚੱਲਣ ਦੇ ਮਕਾਨਾਤ ਹੈ ਹੀ ਨਹੀਂ, ਨਾ ਹੀ ਰਾਤ ਸਾਰੀ ਚੱਲੀ ਆ, ਕੱਲ੍ਹ ਹੀ ਸਾਰਾ ਦਿਨ ਇੱਦਾਂ ਹੀ ਕੱਢੀ ਆ ਚੱਕ। ਭਾਈ ਉਹ ਜਾ ਰਿਹਾ ਹੁਣ ਪੱਠੇ ਚੁੱਕਣ, ਆ ਟੱਕ 'ਚ ਪੱਠੇ ਵੱਢੇ ਪਏ ਆ। ਚੁੱਕਣੇ ਆ ਫਿਰ ਕੁਤਰਨੇ ਵੀ ਆ, ਨਾ ਨਜ਼ਰ ਪਰੇ ਮੂੰਜੀ ਨੂੰ ਫੇਰਾ ਮਾਰਾਂ। ਆ ਕਾਂ ਪਤਾ ਨਹੀਂ ਵੀਰ, ਇੰਨੇ ਇਕੱਠੇ ਕਾਹਤੋਂ ਹੋਏ ਆ ਇੱਥੇ, ਕੀ ਰੋੜਾ
ਲਓ ਜੀ ਵੀਵਰ ਦੇ ਪੱਠੇ ਵੱਢ ਲਏ, ਵੱਢੇ ਤਾਂ ਪਹਿਲੇ ਪਏ ਸੀਗੇ, ਹੁਣ ਭਾਈ ਯੂ ਚੁੱਕ ਕੇ ਡੇਰੇ ਵੱਲ ਜਾ ਰਿਹਾ ਵਾ, ਫਿਰ ਇਹਨਾਂ ਕੁਤਰਨੇ ਆ, ਫਿਰ ਅਗਲੀ ਮਸਰੂਫੀਆਤ ਜਿਹੜੀ ਹੈਗੀ ਆ ਤੁਹਾਨੂੰ ਦਿਖਾਵਾਂਗੇ। ਦੋਸਤੋ ਡੇਰੇ ਆ ਕੇ ਬੈਠ ਗਿਆ, ਪਸੀਨੋ ਪਸੀਨੀ ਹੋ ਗਿਆ, ਇੰਨੀ ਗਰਮੀ ਆ, ਸੁਬਹਾ 9 ਵਜੇ ਦਾ ਟਾਈਮ ਆ, ਬੜੀ ਗਰਮੀ ਆ। ਗੇਟ ਖੋਲਿਆ ਵਾ, ਪੱਖਾ ਚਲਾ ਕੇ ਆ ਕੇ ਬੈਠ ਗਿਆ, ਤੁਹਾਨੂੰ ਸ਼ੋਰ ਵੀ ਪੱਖੇ ਦਾ ਆ ਰਿਹਾ ਹੋਣਾ। ਅਤੇ ਭਾਈ ਯੂਬ ਆ ਰਿਹਾ ਪੱਠੇ ਲੈ ਕੇ, ਮੈਂ ਆ ਕੇ ਗੇਟ ਖੋਲ ਦਿੱਤਾ, ਮੈਂ ਕਿਹਾ ਤੰਗ ਨਾ ਹੋਵੇ, ਬਸ ਆਉਂਦਾ ਫਿਰ ਉਹਨੇ ਪੱਠੇ ਕੁਤਰਨੇ। ਲਓ ਜੀ ਭਾਈ ਯੂਬ ਆ ਗਿਆ ਪੱਠੇ ਲੈ ਕੇ, ਕਰਾਇਆ ਜੀ ਗਰਮੀ ਨੇ ਬੱਸ ਦਿੱਤੀ ਆ। ਦੋਸਤੋ ਹਵੇਲੀ ਜੋ ਬਾਹਰ ਨਿਕਲਿਆ ਸੀਗਾ, ਫਿਰ ਦੁਬਾਰਾ ਅੱਜ ਬੱਦਲ ਜਿਹੜੇ ਆਮਦ ਸ਼ੁਰੂ ਹੋ ਗਈ ਆ ਇੰਡੀਆ ਵਾਲੇ ਪਾਸੋਂ, ਸਾਡੇ ਇਸ ਪਾਸੇ ਇੰਡੀਆ ਵਾ, ਇੰਡੀਆ ਦਾ ਬਾਰਡਰ ਆ। ਅਤੇ ਹਮਸਾਏ ਮੇਰੇ ਜਿਹੜੇ ਸਪਰੇਅ ਕਰ ਰਹੇ ਆ ਇਹਦੇ ਵਿੱਚ ਨਾ, ਮੂੰਜੀ ਦੇ ਵਿੱਚ ਗੰਦ ਵਾਲਾ, ਅਤੇ ਅੱਲਾ ਕਿਉਂਕਿ ਇਹਦੇ ਮੂੰਜੀ ਨੇ ਸਿਰ ਚੁੱਕ ਲਿਆ ਦੁਬਾਰਾ, ਹੁਣ ਇਹ 'ਚ ਗੰਦ ਵਾਲਾ ਸਪਰੇਅ ਹੋ ਰਿਹਾ, ਚਾਚਾ ਲਾੜੀ ਨਾਲ ਕਰ ਰਿਹਾ ਸਪਰੇਅ। ਕਿੰਨੀਆਂ ਟੈਂਕੀਆਂ ਲਾਉਣੀਆਂ ਚਾਚਾ? ਅੱਛਾ, ਸਹੀ ਆ। ਅਤੇ ਬੱਦਲਾਂ ਦੀ ਆਮਦ ਜਿਹੜੀ ਆ ਉੱਤੋਂ ਫਿਰ ਹੋ ਰਹੀ ਆ, ਇਹ ਡਰਾ ਰਹੇ ਆ ਸਾਨੂੰ ਰੋਜ਼ ਰੋਜ਼ ਨਾ। ਉਸਤਾਦ ਜੀ 5 ਗੁੱਡੀਆਂ ਪੁੱਟੇ, ਉਸਤਾਦ ਜੀ ਪੱਟੀਆਂ ਨਹੀਂ ਗਈਆਂ ਅਜੇ 5। ਉਹ ਬੰਦਾ ਪਨੀਰੀ ਅਸੀਂ ਜਿਹੜੀ ਬੀਜੀ ਸੀ ਨਾ ਉਹ ਲੈਣ ਆਇਆ 5 ਗੁੱਟੀਆਂ, ਉਹਦੀ ਕਿਤੇ ਪਨੀਰੀ ਖੁੱਟ ਗਈ ਆ। ਚਾਚਾ ਲਾਡੀ ਨਾ, ਸਾਨੂੰ ਪਨੀਰੀ ਲਾਉਣ ਦਾ ਹੋਰ ਫਾਇਦਾ ਹੋਇਆ ਜਾਂ ਨਹੀਂ ਹੋਇਆ? ਮੈਂ ਕਿਹਾ ਸਾਨੂੰ ਪਨੀਰੀ ਲਾਉਣ ਦਾ ਹੋਰ ਫਾਇਦਾ ਹੋਇਆ ਜਾਂ ਨਹੀਂ ਹੋਇਆ? ਸਾਡੇ ਹਮਸਾਇਆਂ ਨੂੰ, ਚੱਕ ਵਾਲਿਆਂ ਨੂੰ ਬੜਾ ਹੋਇਆ, ਅਫੀਮ ਕੱਲ੍ਹ 20 ਗੁੱਟੀਆਂ ਕੱਢ ਕੇ ਲੈ ਗਿਆ, ਫਿਰ ਉਸ ਤੋਂ ਬਾਅਦ ਕਾਸਮ ਕੋਈ ਤੇਰੇ ਖਿਆਲ ਨਾਲ ਕੋਈ 20 ਉਹਨੇ ਇੱਥੋਂ ਲਾਇਆ ਹੈ। ਆ ਜਿਹੜੀ ਆ ਇਹ ਨਹੀਂ ਜੀ ਭਾਈ ਯੂਬ ਨੇ ਟੋਕਾ ਮਸ਼ੀਨ ਚਲਾ ਦਿੱਤੀ, ਪੱਠੇ ਕੁਤਰਨੇ ਸ਼ੁਰੂ ਕਰ ਦਿੱਤੇ ਆ, ਅੱਜ ਨਾਲ ਪਹਿਲੇ ਦਿਨ ਮੂੰਜੇ ਵੀ ਵਿੱਚ ਇਹ ਕੁਤਰਨੇ ਆ। ਲਓ ਦੋਸਤੋ ਦੇਖਦਿਆਂ ਦੇਖਦਿਆਂ ਯਕਦਮ ਬੱਦਲ ਆ ਗਏ ਆ, ਆਹ ਵੇਖ ਲਓ ਚਾਰੋਂ ਤਰਫ। ਮੈਂ ਟਿਊਬਵੈਲ ਵਾਲੀ ਕਪਾਹ ਵਿੱਚ ਆਇਆ ਸੀ ਦੁਬਾਰਾ, ਭਾਈ ਯੂਬ ਪੱਠੇ ਕੁਤਰਨ ਡਿਆ ਸੀਗਾ, ਆਹ ਦੇਖ ਲਓ ਮੌਸਮ ਯਕਦਮ ਜਿਹੜਾ ਨਾ ਕਿਸ ਤਰ੍ਹਾਂ ਹੋ ਗਿਆ। ਇਹ ਹੁਣ ਪਤਾ ਨਹੀਂ ਕਿ ਬਾਰਿਸ਼ ਪੈਂਦੀ ਆ ਅਤੇ ਕੀ ਸੂਰਤ ਹਾਲ ਆ, ਕਿਉਂਕਿ ਗਰਮੀ ਵੀ ਬੜੀ ਆ, ਹਵਾ ਵੀ ਨਹੀਂ ਚੱਲ ਰਹੀ ਹੈਗੀ। ਅੱਲਾ ਹੀ ਮਿਹਰਬਾਨੀ ਕਰੇ, ਹੁਣ ਤਾਂ ਫਸਲਾਂ ਦਾ ਜਿਹੜਾ ਨਾ ਨੁਕਸਾਨ ਹੀ ਆ, ਫਾਇਦਾ ਨਹੀਂ ਹੈਗਾ ਬਾਰਿਸ਼ ਦਾ ਤਾਂ।